ਗੁਪਤੰਗਾਂ ਤੇ ਗੱਡੜੇ ਵੱਜ ਰਹੇ ਸਾਰੇ ਹਨਾ। ਅੱਜ ਇੰਨਾ ਜ਼ਿਆਦਾ ਜ਼ੁਲਮ ਕੀਤਾ, ਅੱਜ ਸਾਰੀਆਂ ਜ਼ੁਲਮ ਦੀਆਂ ਹੱਦਾਂ ਦੀਆਂ ਸਰਕਾਰ ਟੱਪ ਗਈ। ਪਰ ਗੱਲ ਇਹ ਆ ਕਿ ਜਿਹੜਾ ਸਾਡੇ ਨਾਲ ਜ਼ੁਲਮ ਹੋਇਆ, ਇਹਦੇ ਜ਼ੁਲਮ ਦੇ ਉੱਪਰ ਜਿਹੜਾ ਸਾਰਾ ਚੁੱਪ ਧਾਰੀ ਹੋਇਆ ਸਾਡੀ ਪੰਜਾਬ ਸਰਕਾਰ ਨੇ, ਕਿ ਸਾਡੀ ਪੰਜਾਬ ਸਰਕਾਰ ਦਾ ਫਰਜ਼ ਨਹੀਂ ਬਣਦਾ। ਇੱਥੇ ਆ ਕੇ SSP ਕਹਿੰਦਾ, ਗਵਰਨਮੈਂਟ ਆਈ ਕਹਿੰਦੀ ਵੀ ਸਾਡੇ ਜਿਹੜੇ ਜਿਨ੍ਹਾਂ ਦੇ ਸਿਰ ਤੇ ਪੰਜਾਬ ਵੱਸਦਾ, ਜਿਹੜੇ ਅਸਲੀ ਪੰਜਾਬ ਦੇ ਮਾਲਕ ਨੇ ਉਹਨਾਂ ਉੱਪਰ ਤੁਸੀਂ ਆਹ ਕੁਛ ਲਾਇਆ। ਆਹ ਤੁਸੀਂ ਦੇਖ ਲਓ, ਵੈਸੇ ਤਾਂ ਸਾਨੂੰ ਇਹ ਅਸੀਂ ਆਪਣੇ ਲੋਕਾਂ ਨੂੰ ਦਿਖਾ ਰਹੇ, ਕਿਉਂਕਿ ਸਾਡੀ ਦਲੀਲ ਅਪੀਲ ਸੁਣਵਾਈ ਤੱਕ ਤਾਂ ਸਾਡੀ ਹੈ ਨਹੀਂ। ਇਹ ਤਾਂ ਅਸੀਂ ਆਪਣੇ ਲੋਕਾਂ ਨੂੰ ਕਹਿ ਰਹੇ ਵੀ ਉਹਨਾਂ ਨੂੰ ਦੇਖ ਕੇ ਕਈ ਵਾਰੀ ਇਹ ਅਸੀਂ ਇਕੱਠੇ ਹੋ ਜਾਈਏ, ਅਸੀਂ ਰਾਜਨੀਤਿਕ ਲੋਕਾਂ ਪਿੱਛੇ ਲੜਨਾ ਬੰਦ ਕਰੀਏ। ਆਹ ਦੇਖ ਲਓ ਮੇਰੇ ਵੀਰੋ ਪੰਜਾਬ ਦਿਓ, ਆਹ ਜਿਹੜੇ ਤੁਹਾਡੇ ਭਰਾ ਇੱਥੇ ਕਰੌਰੀ ਬਾਰਡਰ ਤੇ ਬੈਠੇ ਨੇ, ਅੱਜ ਉਹਨਾਂ ਪਰ ਆਹ ਕੁਛ ਹੋਇਆ। ਆਹ ਹੁਣ ਤੇ ਕਿਹੜੇ 2 ਮਿੰਟ ਪਹਿਲਾਂ ਬਸ ਨਹੀਂ, ਇੱਥੇ ਆਹ ਟਰਾਲੀਆਂ ਤਿੱਕਰ ਸਾਡੀਆਂ, ਇੱਥੇ ਤਿੱਕਰ ਸਾਡੇ ਟਰੈਕਟਰ ਟੁੱਟਰ ਸਾਰੇ ਜਿਹੜੇ ਭੰਨ ਕੇ ਗਏ ਨੇ। ਆਹ ਕੁਛ ਜਿਹੜੀ ਅੱਜ ਕਤੂਤ ਖੜਾਈ ਆ, ਪਰ ਸਾਡੇ ਵਾਲੇ ਪੰਜਾਬ ਸਰਕਾਰ ਵਾਲੇ ਨੇ ਬਿਲਕੁਲ ਚੁੱਪ ਧਾਰੀ ਹੋਈ ਹੈ। ਕੋਈ ਇੱਥੋਂ ਸਾਡਾ ਸੰਗਰੂਰ, ਇੱਥੋਂ ਜ਼ਿਲ੍ਹਾ ਸਾਡਾ ਲਾਸਟ ਸੰਗਰੂਰ ਦੇ SSP ਸਾਹਿਬ ਨੇ ਆ ਕੇ ਨਹੀਂ ਇਹ ਗੱਲ ਕਹੀ, ਤੁਸੀਂ ਇੰਨਾ ਜ਼ੁਲਮ ਕਿਉਂ ਢਾਹੀ ਜਾਂਦੇ ਹੋ, ਇੰਨਾ ਜ਼ੁਲਮ ਢਾਹੀ ਜਾਂਦੇ ਤੁਸੀਂ। ਇਹ ਚੀਜ਼ ਤੇ ਵੈਸੇ ਹੋਣਾ ਤਾਂ ਹੈ ਨਹੀਂ ਕੁਛ, ਪਰ ਅਮਰੀਕਾ ਕੋਈ ਕਰ ਨਹੀਂ ਸਕਦੇ। ਪਰ ਪੰਜਾਬ ਗਵਰਨਮੈਂਟ ਨੂੰ ਸਪੈਸ਼ਲ ਸੈਸ਼ਨ ਬੁਲਾਉਣਾ ਚਾਹੀਦਾ, ਆਹ ਸਾਡੇ ਕੋਲੇ ਖੋਲਾਂ ਨੂੰ ਦੇਖ ਕੇ, ਆਹ ਖੋਲ ਜਿਹੜੇ 12 ਬੋਰਾਂ ਦੇ ਖੋਲ ਦੇਖ ਕੇ, 315 ਬੋਰ ਦੇ ਫਾਇਰ ਦੇਖ ਕੇ, ਆਹ ਸਾਰਾ ਕੁਛ ਕਰਨਾ ਚਾਹੀਦਾ। ਇਹਨਾਂ ਦੇ ਬੰਦਿਆਂ ਨੇ ਸਾਰਾ ਕੁਛ, ਅੱਜ ਇਹਨਾਂ ਨੇ ਆ ਕੇ ਸਰਕਾਰ ਦੇ ਬੰਦਿਆਂ ਨੇ ਸਾਰਾ ਕੁਛ ਇਹਨਾਂ ਨੇ ਕੀਤਾ, ਕਿਉਂਕਿ ਆਗੂ ਉਧਰ ਮੀਟਿੰਗ ਦੇ ਸੀਗੇ, ਇਹਨਾਂ ਨੂੰ ਪਤਾ ਸੀਗਾ ਵੀ ਅਸੀਂ ਨੌਜਵਾਨਾਂ ਨੂੰ ਪਤਾ ਨਹੀਂ ਭੜਕਾ ਕੇ ਕਿਸੇ ਵੀ ਸਾਡੇ ਨੌਜਵਾਨ ਨੇ ਕੋਈ ਗਲਤੀ ਨਹੀਂ ਕੀਤੀ। ਸਾਰੇ ਇਹਨਾਂ ਦੇ ਬੰਦੇ ਸੀਗੇ, ਕੋਈ ਸਾਡੇ ਨੌਜਵਾਨ ਜਾਬ ਦੇ ਵਿੱਚ ਰਹੇ ਨੇ। ਸਾਡੇ ਅੱਜ ਮੇਲਾ ਦਾ ਮੇਰਾ ਪਰਮਾਤਮਾ ਕਰੇ ਮੇਰੀ ਜਵਾਨ ਝੂਠੀ ਹੋਵੇ, ਤੇ ਮੇਲਾ 2-3 ਸਾਡੇ ਅੱਜ ਮੇਲਾ ਨੌਜਵਾਨ ਇੱਥੇ ਤਿਕੜਾ, ਸਾਡੇ ਟਰੈਕਟਰ ਟੁੱਟਰ ਸਾਰੇ ਜਿਹੜੇ ਭੰਨ ਕੇ ਗਏ ਨੇ। ਆਹ ਕੁਛ ਜਿਹੜੀ ਅੱਜ ਕਤੂਤ ਖੜਾਈ ਆ, ਪਰ ਸਾਡੇ ਵਾਲੇ ਪੰਜਾਬ ਸਰਕਾਰ ਵਾਲੇ ਨੇ ਬਿਲਕੁਲ ਚੁੱਪ ਧਾਰੀ ਹੋਈ ਹੈ। ਕੋਈ ਇੱਥੋਂ ਸਾਡਾ ਸੰਗਰੂਰ, ਇੱਥੋਂ ਜ਼ਿਲ੍ਹਾ ਸਾਡਾ ਲਾਸਟ ਸੰਗਰੂਰ ਦੇ SSP ਸਾਹਿਬ ਨੇ ਆ ਕੇ ਨਹੀਂ ਇਹ ਗੱਲ ਕਹੀ, ਤੁਸੀਂ ਇੰਨਾ ਜ਼ੁਲਮ ਕਿਉਂ ਢਾਹੀ ਜਾਂਦੇ ਹੋ, ਇੰਨਾ ਜ਼ੁਲਮ ਢਾਹੀ ਜਾਂਦੇ ਤੁਸੀਂ। ਇਹ ਚੀਜ਼ ਤੇ ਵੈਸੇ ਹੋਣਾ ਤਾਂ ਹੈ ਨਹੀਂ ਕੁਛ, ਪਰ ਅਮਰੀਕਾ ਕੋਈ ਕਰ ਨਹੀਂ ਸਕਦੇ। ਪਰ ਪੰਜਾਬ ਗਵਰਨਮੈਂਟ ਨੂੰ ਸਪੈਸ਼ਲ ਸੈਸ਼ਨ ਬੁਲਾਉਣਾ ਚਾਹੀਦਾ, ਆਹ ਸਾਡੇ ਕੋਲੇ ਖੋਲਾਂ ਨੂੰ ਦੇਖ ਕੇ, ਆਹ ਖੋਲ ਜਿਹੜੇ 12 ਬੋਰਾਂ ਦੇ ਖੋਲ ਦੇਖ ਕੇ, 315 ਬੋਰ ਦੇ ਫਾਇਰ ਦੇਖ ਕੇ, ਆਹ ਸਾਰਾ ਕੁਛ ਕਰਨਾ ਚਾਹੀਦਾ। ਇਹਨਾਂ ਦੇ ਬੰਦਿਆਂ ਨੇ ਸਾਰਾ ਕੁਛ, ਅੱਜ ਇਹਨਾਂ ਨੇ ਆ ਕੇ ਸਰਕਾਰ ਦੇ ਬੰਦਿਆਂ ਨੇ ਸਾਰਾ ਕੁਛ ਇਹਨਾਂ ਨੇ ਕੀਤਾ, ਕਿਉਂਕਿ ਆਗੂ ਉਧਰ ਮੀਟਿੰਗ ਦੇ ਸੀਗੇ, ਇਹਨਾਂ ਨੂੰ ਪਤਾ ਸੀਗਾ ਵੀ ਅਸੀਂ ਨੌਜਵਾਨਾਂ ਨੂੰ ਪਤਾ ਨਹੀਂ ਭੜਕਾ ਕੇ ਕਿਸੇ ਵੀ ਸਾਡੇ ਨੌਜਵਾਨ ਨੇ ਕੋਈ ਗਲਤੀ ਨਹੀਂ ਕੀਤੀ। ਸਾਰੇ ਇਹਨਾਂ ਦੇ ਬੰਦੇ ਸੀਗੇ, ਕੋਈ ਸਾਡੇ ਨੌਜਵਾਨ ਜਾਬ ਦੇ ਵਿੱਚ ਰਹੇ ਨੇ। ਸਾਡੇ ਅੱਜ ਮੇਲਾ ਦਾ ਮੇਰਾ ਪਰਮਾਤਮਾ ਕਰੇ ਮੇਰੀ ਜਵਾਨ ਝੂਠੀ ਹੋਵੇ, ਤੇ ਮੇਲਾ 2-3 ਸਾਡੇ ਅੱਜ ਮੇਲਾ ਨੌਜਵਾਨ ਕਹਿੰਦੇ ਵੀ ਤੇਰੇ ਸ਼ਹੀਦੀ ਨਾ ਪਾ ਜਾਣ, ਵੈਸੇ ਚੱਕ ਕੇ ਐਂਬੂਲੈਂਸਾਂ ਨੂੰ ਲੈ ਗਈਆਂ ਜਿਹੜਾ ਮਰਿਆ 2 ਭੈਣਾਂ ਯਾਰ, ਕਿਤੇ ਗੱਲ ਝੂਠੀ ਹੋ ਗਈ ਜੋ ਚੱਕ ਕੇ ਲੈ ਕੇ ਸਾਡੇ 2 ਜਾਣਾ ਨੌਜਵਾਨ ਛਾਕਾ ਪਰ ਨੈਟ ਨੋਟ ਚੱਲਦਾ, ਗੁਪਤੰਗਾਂ ਤੇ ਗੱਡੜੇ ਵੱਜ ਰਹੇ ਸਾਰੇ ਹਨਾ। ਅੱਜ ਇੰਨਾ ਜ਼ਿਆਦਾ ਜ਼ੁਲਮ ਕੀਤਾ, ਅੱਜ ਸਾਰੀਆਂ ਜ਼ੁਲਮ ਦੀਆਂ ਹੱਦਾਂ ਦੀਆਂ ਸਰਕਾਰ ਟੱਪ ਗਈ। ਪਰ ਗੱਲ ਇਹ ਆ ਕਿ ਜਿਹੜਾ ਸਾਡੇ ਨਾਲ ਜ਼ੁਲਮ ਹੋਇਆ, ਇਹਦੇ ਜ਼ੁਲਮ ਦੇ ਉੱਪਰ ਜਿਹੜਾ ਸਾਰਾ ਚੁੱਪ ਧਾਰੀ ਹੋਇਆ ਸਾਡੀ ਪੰਜਾਬ ਸਰਕਾਰ ਨੇ, ਕਿ ਸਾਡੀ ਪੰਜਾਬ ਸਰਕਾਰ ਦਾ ਫਰਜ਼ ਨਹੀਂ ਬਣਦਾ। ਇੱਥੇ ਆ ਕੇ SSP ਕਹਿੰਦਾ, ਗਵਰਨਮੈਂਟ ਆਈ ਕਹਿੰਦੀ ਵੀ ਸਾਡੇ ਜਿਹੜੇ ਜਿਨ੍ਹਾਂ ਦੇ ਸਿਰ ਤੇ ਪੰਜਾਬ ਵੱਸਦਾ, ਜਿਹੜੇ ਅਸਲੀ ਪੰਜਾਬ ਦੇ ਮਾਲਕ ਨੇ ਉਹਨਾਂ ਉੱਪਰ ਤੁਸੀਂ ਆਹ ਕੁਛ ਲਾਇਆ। ਆਹ ਤੁਸੀਂ ਦੇਖ ਲਓ, ਵੈਸੇ ਤਾਂ ਸਾਨੂੰ ਇਹ ਤਾਂ ਅਸੀਂ ਆਪਣੇ ਲੋਕਾਂ ਨੂੰ ਦਿਖਾ ਰਹੇ, ਕਿਉਂਕਿ ਸਾਡੀ ਦਲੀਲ ਅਪੀਲ ਸੁਣਵਾਈ ਤੱਕ ਤਾਂ ਸਾਡੀ ਹੈ ਨਹੀਂ। ਇਹ ਤਾਂ ਅਸੀਂ ਆਪਣੇ ਲੋਕਾਂ ਨੂੰ ਕਹਿ ਰਹੇ ਵੀ ਉਹਨਾਂ ਨੂੰ ਦੇਖ ਕੇ ਕਈ ਵਾਰੀ ਇਹ ਅਸੀਂ ਇਕੱਠੇ ਹੋ ਜਾਈਏ, ਅਸੀਂ ਰਾਜਨੀਤਿਕ ਲੋਕਾਂ ਪਿੱਛੇ ਲੜਨਾ ਬੰਦ ਕਰੀਏ। ਆਹ ਦੇਖ ਲਓ ਮੇਰੇ ਵੀਰੋ ਪੰਜਾਬ ਦਿਓ, ਆਹ ਜਿਹੜੇ ਤੁਹਾਡੇ ਭਰਾ ਇੱਥੇ ਕਰੌਰੀ ਬਾਰਡਰ ਤੇ ਬੈਠੇ ਨੇ, ਅੱਜ ਉਹਨਾਂ ਪਰ ਆਹ ਕੁਛ ਹੋਇਆ। ਆਹ ਹੁਣ ਤੇ ਕਿਹੜੇ 2 ਮਿੰਟ ਪਹਿਲਾਂ ਬਸ ਨਹੀਂ, ਇੱਥੇ ਆਹ ਟਰਾਲੀਆਂ ਤਿੱਕਰ ਸਾਡੀਆਂ, ਇੱਥੇ ਤਿੱਕਰ ਸਾਡੇ ਟਰੈਕਟਰ ਟੁੱਟਰ ਸਾਰੇ ਜਿਹੜੇ ਭੰਨ ਕੇ ਗਏ ਨੇ। ਆਹ ਕੁਛ ਜਿਹੜੀ ਅੱਜ ਕਤੂਤ ਖੜਾਈ ਆ, ਪਰ ਸਾਡੇ ਵਾਲੇ ਪੰਜਾਬ ਸਰਕਾਰ ਵਾਲੇ ਨੇ ਬਿਲਕੁਲ ਚੁੱਪ ਧਾਰੀ ਹੋਈ ਹੈ। ਕੋਈ ਇੱਥੋਂ ਸਾਡਾ ਸੰਗਰੂਰ, ਇੱਥੋਂ ਜ਼ਿਲ੍ਹਾ ਸਾਡਾ ਲਾਸਟ ਸੰਗਰੂਰ ਦੇ SSP ਸਾਹਿਬ ਨੇ ਆ ਕੇ ਨਹੀਂ ਇਹ ਗੱਲ ਕਹੀ, ਤੁਸੀਂ ਇੰਨਾ ਜ਼ੁਲਮ ਕਿਉਂ ਢਾਹੀ ਜਾਂਦੇ ਹੋ, ਇੰਨਾ ਜ਼ੁਲਮ ਢਾਹੀ ਜਾਂਦੇ ਤੁਸੀਂ। ਇਹ ਚੀਜ਼ ਤੇ ਵੈਸੇ ਹੋਣਾ ਤਾਂ ਹੈ ਨਹੀਂ ਕੁਛ, ਪਰ ਅਮਰੀਕਾ ਕੋਈ ਕਰ ਨਹੀਂ ਸਕਦੇ। ਪਰ ਪੰਜਾਬ ਗਵਰਨਮੈਂਟ ਨੂੰ ਸਪੈਸ਼ਲ ਸੈਸ਼ਨ ਬੁਲਾਉਣਾ ਚਾਹੀਦਾ, ਆਹ ਸਾਡੇ ਕੋਲੇ ਖੋਲਾਂ ਨੂੰ ਦੇਖ ਕੇ, ਆਹ ਖੋਲ ਜਿਹੜੇ 12 ਬੋਰਾਂ ਦੇ ਖੋਲ ਦੇਖ ਕੇ, 315 ਬੋਰ ਦੇ ਫਾਇਰ ਦੇਖ ਕੇ, ਆਹ ਸਾਰਾ ਕੁਛ ਕਰਨਾ ਚਾਹੀਦਾ। ਇਹਨਾਂ ਦੇ ਬੰਦਿਆਂ ਨੇ ਸਾਰਾ ਕੁਛ, ਅੱਜ ਇਹਨਾਂ ਨੇ ਆ ਕੇ ਸਰਕਾਰ ਦੇ ਬੰਦਿਆਂ ਨੇ ਸਾਰਾ ਕੁਛ ਇਹਨਾਂ ਨੇ ਕੀਤਾ, ਕਿਉਂਕਿ ਆਗੂ ਉਧਰ ਮੀਟਿੰਗ ਦੇ ਸੀਗੇ, ਇਹਨਾਂ ਨੂੰ ਪਤਾ ਸੀਗਾ ਵੀ ਅਸੀਂ ਨੌਜਵਾਨਾਂ ਨੂੰ ਪਤਾ ਨਹੀਂ ਭੜਕਾ ਕੇ ਕਿਸੇ ਵੀ ਸਾਡੇ ਨੌਜਵਾਨ ਨੇ ਕੋਈ ਗਲਤੀ ਨਹੀਂ ਕੀਤੀ। ਸਾਰੇ ਇਹਨਾਂ ਦੇ ਬੰਦੇ ਸੀਗੇ, ਕੋਈ ਸਾਡੇ ਨੌਜਵਾਨ ਜਾਬ ਦੇ ਵਿੱਚ ਰਹੇ ਨੇ। ਸਾਡੇ ਅੱਜ ਮੇਲਾ ਦਾ ਮੇਰਾ ਪਰਮਾਤਮਾ ਕਰੇ ਮੇਰੀ ਜਵਾਨ ਝੂਠੀ ਹੋਵੇ, ਤੇ ਮੇਲਾ 2-3 ਸਾਡੇ ਅੱਜ ਮੇਲਾ ਨੌਜਵਾਨ ਇੱਥੇ ਤਿੱਕਰ ਸਾਡੇ ਟਰੈਕਟਰ ਟੁੱਟਰ ਸਾਰੇ ਜਿਹੜੇ ਭੰਨ ਕੇ ਗਏ ਨੇ। ਆਹ ਕੁਛ ਜਿਹੜੀ ਅੱਜ ਕਤੂਤ ਖੜਾਈ ਆ, ਪਰ ਸਾਡੇ ਵਾਲੇ ਪੰਜਾਬ ਸਰਕਾਰ ਵਾਲੇ ਨੇ ਬਿਲਕੁਲ ਚੁੱਪ ਧਾਰੀ ਹੋਈ ਹੈ। ਕੋਈ ਇੱਥੋਂ ਸਾਡਾ ਸੰਗਰੂਰ, ਇੱਥੋਂ ਜ਼ਿਲ੍ਹਾ ਸਾਡਾ ਲਾਸਟ ਸੰਗਰੂਰ ਦੇ SSP ਸਾਹਿਬ ਨੇ ਆ ਕੇ ਨਹੀਂ ਇਹ ਗੱਲ ਕਹੀ, ਤੁਸੀਂ ਇੰਨਾ ਜ਼ੁਲਮ ਕਿਉਂ ਢਾਹੀ ਜਾਂਦੇ ਹੋ, ਇੰਨਾ ਜ਼ੁਲਮ ਢਾਹੀ ਜਾਂਦੇ ਤੁਸੀਂ। ਇਹ ਚੀਜ਼ ਤੇ ਵੈਸੇ
ਹੋਣਾ ਤਾਂ ਹੈ ਨਹੀਂ ਕੁਝ, ਪਰ ਉਮੀਦ ਤਾਂ ਕੋਈ ਕਰ ਨਹੀਂ ਸਕਦੇ। ਪਰ ਪੰਜਾਬ ਗਵਰਨਮੈਂਟ ਨੂੰ ਸਪੈਸ਼ਲ ਸੈਸ਼ਨ ਬੁਲਾਉਣਾ ਚਾਹੀਦਾ ਆਹ ਤੁਹਾਡੇ ਕੋਲ ਖੋਲਾਂ ਨੂੰ ਦੇਖ ਕੇ, ਆਹ ਖੋਲ ਜਿਹੜੇ 12 ਬੋਰਾਂ ਦੇ ਖੋਲ ਦੇਖ ਕੇ 315 ਬੋਰ ਦੇ ਫਾਇਰ ਦੇਖ ਕੇ ਆਹ ਸਾਰਾ ਕੁਝ ਕਰਨਾ ਚਾਹੀਦਾ। ਇਹਨਾਂ ਦੇ ਬੰਦਿਆਂ ਨੇ ਸਾਰਾ ਕੁਝ ਅੱਜ ਇਹਨਾਂ ਨੇ ਆ ਕੇ ਸਰਕਾਰ ਦੇ ਬੰਦਿਆਂ ਨੇ ਸਾਰਾ ਕੁਝ ਇਹਨਾਂ ਨੇ ਕੀਤਾ, ਕਿਉਂਕਿ ਆਗੂ ਉਧਰ ਮੀਟਿੰਗ ਦੀ ਸੀਗੇ, ਇਹਨਾਂ ਨੂੰ ਪਤਾ ਸੀਗਾ ਵੀ ਅਸੀਂ ਨੌਜਵਾਨਾਂ ਨੂੰ ਪਤਾ ਨਹੀਂ ਭੜਕਾ ਕੇ ਕਿਸੇ ਵੀ ਸਾਡੇ ਨੌਜਵਾਨ ਨੇ ਕੋਈ ਗਲਤੀ ਨਹੀਂ ਕੀਤੀ। ਸਾਰੇ ਇਹਨਾਂ ਦੇ ਬੰਦੇ ਸੀਗੇ, ਕੋਈ ਸਾਡੇ ਨੌਜਵਾਨ ਜਾਬ ਦੇ ਵਿੱਚ ਰਹੇ ਨੇਗੇ, ਸਾਡੇ ਅੱਜ ਮੇਲਾ ਦਾ ਮੇਰਾ ਪਰਮਾਤਮਾ ਕਰੇ ਮੇਰੀ ਜਵਾਨ ਝੂਠੀ ਹੋਵੇ ਤੇ ਮੇਲਾ ਦੋ ਤਿੰਨ ਸਾਡੇ ਅੱਜ ਮੇਲਾ ਨੌਜਵਾਨ ਕਹਿੰਦੇ ਵੀ ਤੇਰੇ ਸ਼ਹੀਦੀ ਨਾ ਪਾ ਜਾਣ, ਮੈਂ ਚੱਕ ਕੇ ਐਂਬੂਲੈਂਸ ਉਹਨਾਂ ਨੂੰ ਲੈ ਗਿਆ ਨਹੀਂ ਹੋਗਾ ਸੀ ਹੈ ਮੇਲਾ ਯਾਰ ਕਿਤੇ ਗੱਲ ਝੂਠੀ ਹੋ ਗਈ ਜੋ ਚੱਕ ਕੇ ਲੈ ਕੇ ਸਾਡੇ ਦੋ ਜਾਣਾ ਨੌਜਵਾਨਾਂ ਨੇ ਛਾਕਾ ਪਰ ਨੈਟ ਨੁੱਟ ਚੱਲਦਾ ਨੀ ਹੈਗਾ ਇਸ ਦੋ